ਕੋਰ ਕਮੇਟੀ ਦੇ ਆਪਦੇ ਅਹੁਦੇ ਤੋਂ ਅਸਤੀਫਾ ਦਿੰਦਾ, ਕਿਉਂਕਿ ਜੋ ਸ਼੍ਰੋਮਣੀ ਅਕਾਲੀ ਦਲ ਜੁਝਾਰੂਆਂ ਦੀ ਪਾਰਟੀ, ਇੱਕ ਬਹੁਤ ਵੱਡੀ ਜਿਸ ਦਾ ਨਾਂ ਸੀਗਾ 100 ਸਾਲ ਪੁਰਾਣੀ ਪਾਰਟੀ, ਉਸ ਨੂੰ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਨੇ ਇੰਨਾ ਥੱਲੇ ਲਿਆਂਦਾ ਹੈਗਾ, ਕਿਉਂਕਿ ਪਿਛਲੀਆਂ ਵਿਧਾਨ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਵੀ ਆਪਾਂ ਦੇਖਿਆ ਜਿੱਥੇ ਜਿਹੜੀ ਪਾਰਟੀ 100 ਸੀਟਾਂ ਦੇ ਨੇੜੇ 90-95-100 ਸੀਟ ਲਿਆਉਂਦੀ ਸੀ, ਉਹ 16-17 ਸੀਟਾਂ 'ਤੇ ਆ ਜਾਣਾ, ਇਹ ਇੱਕ ਬਹੁਤ ਹੀ ਥੱਲੇ ਨਿਗਾਰ ਵੱਲ ਪਾਰਟੀ ਨੂੰ ਲੈ ਕੇ ਗਈ ਹੈ। ਜੇ ਪਾਰਟੀ ਪ੍ਰਧਾਨ ਹੈ ਉਹ ਇਹਦਾ ਬਹੁਤ ਵੱਡਾ ਰੋਲ ਹੁੰਦਾ ਹੈਗਾ ਕੋਈ ਵੀ ਪਾਰਟੀ ਨੂੰ, ਕਿਉਂਕਿ ਉਹ ਇੱਕ ਜਿਸ ਤਰ੍ਹਾਂ ਜੋਕ ਹੁੰਦੀ ਹੈ ਮੈਸ ਨੂੰ ਚਿੰਬੜੀ ਹੁੰਦੀ ਹੈ, ਜਿਸ ਤਰ੍ਹਾਂ ਟੋਭੇ 'ਚ ਲੱਗ ਜਾਂਦੀ ਹੈ, ਉਸ ਤਰ੍ਹਾਂ ਇਹ ਕੁਰਸੀ ਨੂੰ ਚਿੰਬੜੇ ਹੋਏ ਨੇ, ਇਹ ਆਪਦੀ ਕੁਰਸੀ ਨੂੰ ਛੱਡ ਨਹੀਂ ਰਹੇ, ਇਸ ਤਰ੍ਹਾਂ ਅਕਾਲੀ ਦਲ ਨੂੰ ਨੀਵਾਂ ਲਿਜਾ ਰਹੇ ਨੇ। ਅਤੇ ਅਸੀਂ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਅਤੇ ਪਰਮਿੰਦਰ ਸਿੰਘ ਜੀ ਢੀਂਡਸਾ ਸਾਹਿਬ ਨੇ ਜੋ ਲੜਾਈ ਸਿਧਾਂਤਾਂ ਦੀ ਵਿੱਢੀ ਆ, ਉਹਦੇ ਨਾਲ ਅਸੀਂ ਸਾਰਾ ਹੀ ਯੂਥ ਅਕਾਲੀ ਦਲ ਅਸੀਂ ਉਹਨਾਂ ਦੇ ਸਮਰਥਨ ਦੇ ਵਿੱਚ ਹਾਂ, ਅਸੀਂ ਉਹਦੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਸੀਂ ਅਸਤੀਫੇ ਦਿੱਤੇ ਨੇ। ਇੱਕ ਐਡੀ ਵੱਡੀ ਅਕਾਲੀ ਦਲ ਦੇ ਜਿਹੜੇ ਮੈਂਬਰ ਹੁੰਦੇ ਤੇ ਉਹਨਾਂ ਦੀ ਕਿਸੇ ਟਾਈਮ ਕੋਰਟ ਦੇ ਵਿੱਚ ਗਵਾਹੀ ਮੰਨੀ ਜਾਂਦੀ ਸੀ ਵੀ ਇਹ ਸੱਚ ਬੋਲਦੇ ਨੇ, ਪਰ ਅੱਜ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਨੂੰ ਇੰਨਾ ਥੱਲੇ ਲਿਆਤਾ ਕਿ ਖੁਦ ਪ੍ਰਧਾਨ ਸਾਹਿਬ ਦੀ ਗੱਲ 'ਤੇ ਕੋਈ ਬੰਦਾ ਸੱਚ ਨਹੀਂ ਮੰਨਦਾ, ਥੱਲੇ ਕੀ ਅਹੁਦੇਦਾਰ ਦੀ ਗੱਲ 'ਤੇ ਸੱਚ ਮੰਨਿਆ ਜਾਊਗਾ, ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿੱਚ ਅਮੀਰ ਲੋਕਾਂ ਨੂੰ ਸ਼ਾਮਿਲ ਕਰਕੇ ਜੋ ਪੰਥ ਦੀ ਲੜਾਈ ਲੜਨ ਵਾਲੀ ਜਮਾਤ ਸੀ ਉਹਨਾਂ ਨੂੰ ਥੱਲੇ ਤੱਕਤਾ। ਸਭ ਨੂੰ ਪਤਾ ਸੀਗਾ ਵੀ ਉਹ ਕਾਂਗਰਸ ਖਿਲਾਫ਼ ਨਹੀਂ ਬਲਕਿ ਸਾਡੇ ਪਰਿਵਾਰ ਦੇ ਖਿਲਾਫ਼, ਸਾਡੇ ਖਿਲਾਫ਼ ਉਹ ਰੈਲੀ ਰੱਖੀ ਗਈ ਸੀ, ਅਤੇ ਉਹਨਾਂ ਦੀ ਬਖਲਾਹਟ ਤੋਂ ਹੀ ਸਾਫ਼ ਦਿਖਦਾ ਸੀ ਵੀ ਉਹ ਘਬਰਾਏ ਹੋਏ ਨੇ, ਜਿਸ ਤਰ੍ਹਾਂ ਦੇ ਉਹਨਾਂ ਨੇ ਬਿਆਨ ਦਿੱਤੇ, ਅਜਿਹੀ ਜਿਹੀ ਸ਼ਬਦਾਵਲੀ ਵਰਤੀ, ਅਤੇ ਖਾਸ ਤੌਰ 'ਤੇ ਐਡਾ ਜੋ ਆਪਦੇ ਆਪ ਨੂੰ ਲੀਡਰ ਘਾਉਂਦਾ ਹੋਵੇ ਉਹਦੇ ਤੋਂ ਇਹੋ ਜਿਹੀ ਸ਼ਬਦਾਵਲੀ, ਤਾਂ ਇਹ ਸ਼ਰਮਨਾਕ ਗੱਲ ਜੀ ਮਹਿਸੂਸ ਹੁੰਦੀ ਹੈ। ਪਰ ਮੈਂ ਸਮਝਦਾ ਅਜਿਹੀ ਜਿਹਦੀ ਸੋਚ ਹੁੰਦੀ ਉਹੋ ਜਿਹੀ ਉਹ ਗੱਲ ਕਰ ਲੈਂਦਾ, ਅਸੀਂ ਉਸ ਗੱਲ 'ਚ ਨਹੀਂ ਪੈਣਾ ਚਾਹੁੰਦੇ।